ਕਈ ਇਸ ਤਰ੍ਹਾਂ ਦੇ ਐਗਜ਼ਾਮਪਲ ਸਾਹਮਣੇ ਆਏ ਹੈ ਕਿ ਐਮਰਜੈਂਸੀ ਟਾਈਮ ਕਿਸ ਤਰ੍ਹਾਂ ਦੀ ਹੈਲਪ ਕੀਤੀ ਜਾਵੇ, ਕਿਸ ਤਰ੍ਹਾਂ ਦੇ ਜਿਹੜੀ ਸਾਵਧਾਨੀ ਹੈ ਉਹ ਵਰਤੀ ਜਾਵੇ। ਹਾਲਾਂਕਿ ਇੱਕ ਮਾਮਲਾ ਸਾਹਮਣੇ ਆਇਆ ਸੀ 2 ਦਿਨ ਪਹਿਲਾਂ ਜਿਹਦੇ ਵਿੱਚ ਇੱਕ ਗੋਆ ਟੂ ਚੰਡੀਗੜ੍ਹ ਫਲਾਈਟ ਆ ਰਹੀ ਸੀ ਕਿ ਰਸਤੇ ਦੇ ਵਿੱਚ ਇੱਕ ਜਿਹੜਾ ਨੌਜਵਾਨ ਹੈ ਉਹਦੀ ਹਾਲਤ ਵਿਗੜਦੀ ਹੈ, ਲੇਕਿਨ ਉਹਨੂੰ ਕਿਸ ਤਰ੍ਹਾਂ ਕਮਾਂਡ ਹਸਪੀਟਲ ਦੇ ਜਿਹੜੇ ਮੇਜਰ ਨੇ ਮੈਡੀਕਲ ਆਫਿਸਰ ਨੇ ਉਹ ਵੀ ਉਸ ਫਲਾਈਟ 'ਚ ਸੀਗੇ, ਉਹਨਾਂ ਵੱਲੋਂ ਕਿਸ ਤਰ੍ਹਾਂ ਉਹਦੀ ਐਮਰਜੈਂਸੀ ਹੈਲਪ ਕੀਤੀ ਗਈ ਔਰ ਉਹਦੀ ਜਿਹੜੀ ਲਾਈਫ ਹੈ ਉਹਨੂੰ ਸੇਵ ਕੀਤਾ। ਅੱਜ ਅਸੀਂ ਕਮਾਂਡ ਹਸਪੀਟਲ ਪਹੁੰਚੇ ਹਾਂ ਅਤੇ ਜਿਹੜੇ ਮੇਜਰ ਨੇ ਸਿਮਰਤ ਰਾਜਦੀਪ ਸਿੰਘ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਐਕਸਕਲੂਸਿਵ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਜਿਹੜੇ ਵੀ ਪੇਸ਼ੈਂਟ ਹੁੰਦੇ ਆ ਜੋ ਕਿ ਪਲੇਨ 'ਚ ਸਫ਼ਰ ਕਰਦੇ, ਕਿਸ ਤਰ੍ਹਾਂ ਦੀ ਸਾਵਧਾਨੀ ਵਰਤਣੀ ਚਾਹੀਦੀ ਹੈ ਔਰ ਕਿਸ ਤਰ੍ਹਾਂ ਇਹ ਰੈਸਕਿਊ ਕੀਤਾ ਗਿਆ। ਮੇਜਰ ਸਾਹਿਬ, ਕਿਉਂਕਿ ਬਹੁਤ ਕਹਿ ਸਕਦੇ ਇੱਕ ਵੱਡੀ ਤੁਸੀਂ ਹੈਲਪ ਕੀਤੀ ਹੈ, ਇੱਕ ਨੌਜਵਾਨ ਦੀ ਜਿਹੜੀ ਹੈਗੀ ਲਾਈਫ ਸੇਵ ਕੀਤੀ ਹੈ, ਪੂਰਾ ਹੋਇਆ ਕੀ ਸੀ, ਇਹ ਕਿੱਥੋਂ ਦੀ ਗੱਲ? ਬ੍ਰਦਰ, ਮੈਂ ਸੰਡੇ ਈਵਨਿੰਗ ਟਰੈਵਲ ਕਰ ਰਿਹਾ ਸੀਗਾ ਇੱਕ ਕੋਰਸ ਤੋਂ ਆਉਂਦਿਆਂ ਹੋਇਆਂ। ਫਲਾਈਟ ਇੰਡੀਗੋ ਦੀ ਫਲਾਈਟ ਸੀ, ਸ਼ਾਮੀ 6:45 ਸਾਡੀ ਫਲਾਈਟ ਗੋਆ ਤੋਂ ਚੱਲੀ ਐਂਡ 15 ਕੁ ਮਿੰਟ ਬਾਅਦ ਇੱਕ ਪੇਸ਼ੈਂਟ ਉੱਥੇ ਜਿਹੜੇ ਸੀਗੇ, ਇੱਕ ਯੰਗ ਬੰਦਾ ਸੀਗਾ ਜਿਨ੍ਹਾਂ ਨੇ ਮੇਰੀ ਚਾਰ ਕਰੋ ਮੇਰੇ ਤੋਂ ਅੱਗੇ ਬੈਠੇ ਹੋਏ ਸੀਗੇ ਐਂਡ ਆਲ ਆਫ ਸਡਨ ਮੈਂ ਉਹਨਾਂ ਨੂੰ ਦੇਖਿਆ ਵੀ ਉਹ ਇੱਕ ਤਰਫ ਗਿਰਨ ਲੱਗ ਗਏ ਸੀਗੇ ਅਤੇ ਮੈਂ ਉਹਨਾਂ ਕੋਲ ਜਾ ਕੇ ਫਿਰ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਬਰੀਦਿੰਗ ਡਿਫੀਕਲਟੀ ਹੋ ਰਹੀ ਸੀ ਐਂਡ ਫਿਰ ਉਹਨਾਂ ਦੇ ਨਾਲ ਜਿਹੜੇ ਕੋ ਪੈਸੰਜਰ ਸੀਗੇ ਉਹਨਾਂ ਨੇ ਦੱਸਿਆ ਵੀ ਇਹਨਾਂ ਨੂੰ ਬਰੀਦਿੰਗ ਪ੍ਰੋਬਲਮ ਹੋ ਜਾਂਦੀ ਹੈ ਅਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕੋਈ ਬਿਮਾਰੀ ਹੈ, ਉਹਨਾਂ ਨੇ ਦੱਸਿਆ ਵੀ ਇਹਨਾਂ ਨੂੰ ਕਿਡਨੀ ਪ੍ਰੋਬਲਮ ਹੈ ਜੀ, ਇਹਨਾਂ ਦੀਆਂ ਕਿਡਨੀਜ਼ ਪ੍ਰੋਪਰਲੀ ਕੰਮ ਨਹੀਂ ਕਰਦੀਆਂ। ਸੋ ਮੈਂ ਉਹਨਾਂ ਨੂੰ ਫਿਰ ਪੁੱਛਿਆ ਵੀ ਕੋਈ ਇਹਨਾਂ ਦੀ ਕੋਈ ਟ੍ਰੀਟਮੈਂਟ ਚੱਲ ਰਿਹਾ, ਕੋਈ ਰਿਪੋਰਟਸ ਹੈਗੀਆਂ ਅਵੇਲੇਬਲ, ਅਗਰ ਰਿਪੋਰਟਸ ਹੈਗੀਆਂ ਨੇ ਤਾਂ ਉਹ ਸਾਨੂੰ ਦੱਸਣ ਐਂਡ ਫਿਰ ਉਹਨਾਂ ਨੂੰ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਸੀ ਬਿਕੋਜ਼ ਫਲਾਈਟ ਕੁਛ 40,000 ਫੀਟ ਦੀ ਹਾਈਟ 'ਤੇ ਸੀ ਐਂਡ ਜਿਵੇਂ ਜਿਵੇਂ ਐਲਟੀਟਿਊਡ ਵੱਧਦਾ ਹੈ ਜੀ ਉਵੇਂ ਬਰੀਦਿੰਗ ਡਿਫੀਕਲਟੀ ਪੇਸ਼ੈਂਟ ਨੂੰ ਵੱਧ ਜਾਂਦੀ ਹੁੰਦੀ ਹੈ। ਸੋ ਹੀ ਵਾਜ਼ ਨੋਟ ਇਨ ਗੁੱਡ ਕੰਡੀਸ਼ਨ, ਕਾਫੀ ਉਹਨਾਂ ਨੂੰ ਰੈਸਪੀਰੇਟਰੀ ਡਿਸਟ੍ਰੈਸ ਕਹਿੰਦੇ ਨੇ ਮੈਡੀਕਲ ਲੈਂਗੁਏਜ ਦੇ ਵਿੱਚ। ਅਤੇ ਫਿਰ ਮੈਂ ਜੋ ਫਲਾਈਟ ਦਾ ਕਰੂ ਸੀਗਾ ਉਹਨਾਂ ਤੋਂ ਐਮਰਜੈਂਸੀ ਕਿੱਟ ਮੰਗੀ, ਜੋ ਕਿ ਉਹਨਾਂ ਨੇ ਮੈਨੂੰ ਪੂਰੀ ਸਪੋਰਟ ਕੀਤੀ, ਉਹਨਾਂ ਨੇ ਐਮਰਜੈਂਸੀ ਡਰੱਗਸ ਦਾ ਕਿੱਟ ਲਿਆ ਕੇ ਦਿੱਤਾ, ਸਾਰੇ ਇਕਵਿਪਮੈਂਟਸ ਪ੍ਰੋਵਾਈਡ ਕੀਤੇ। ਮੈਂ ਪੇਸ਼ੈਂਟ ਨੂੰ ਉਸੇ ਮੂਮੈਂਟ 'ਤੇ ਆਇਲ ਦੇ ਵਿੱਚ, ਜੋ ਸੈਂਟਰ 'ਚ ਪਾਥਵੇ ਹੁੰਦਾ ਉੱਥੇ ਪੇਸ਼ੈਂਟ ਨੂੰ ਨੀਚੇ ਲਿਟਾ ਕੇ ਉਹਦਾ ਟ੍ਰੀਟਮੈਂਟ ਸਟਾਰਟ ਕੀਤਾ, ਆਈ ਵੀ ਸਿਕਿਓਰ ਕਰਕੇ ਉਹਨਾਂ ਨੂੰ ਜੋ ਐਮਰਜੈਂਸੀ ਡਰੱਗਸ ਇੰਜੈਕਸ਼ਨਸ ਅਵੇਲੇਬਲ ਸੀਗੇ ਉਹਦੀ ਹੈਲਪ ਕਰਨੀ ਪੇਸ਼ੈਂਟ ਲਈ, ਮੈਂ ਉਹਨੂੰ ਡਰੱਗਸ ਦਿੱਤੇ ਜਿਹਦੇ ਨਾਲ ਉਹ ਇੰਪਰੂਵ ਕਰ ਸਕੇ। ਅਤੇ ਸਰ, ਐਮਰਜੈਂਸੀ ਲੈਂਡਿੰਗ ਵੀ ਜਿਹੜੀ ਹੈ ਕਰਾਈ ਗਈ ਸੀ, ਤੁਸੀਂ ਗੱਲ ਕੀਤੀ ਸੀ? ਹਾਂਜੀ ਹਾਂਜੀ, ਬਿਕੋਜ਼ ਮੈਂ ਜਿਵੇਂ ਤੁਹਾਨੂੰ ਮੈਂਸ਼ਨ ਕੀਤਾ ਵੀ ਹਾਈ ਐਲਟੀਟਿਊਡ 'ਤੇ ਐਸੇ ਪੇਸ਼ੈਂਟਸ ਜਿਨ੍ਹਾਂ ਦਾ ਕਿਡਨੀ ਫੇਲੀਅਰ ਹੋਇਆ ਹੁੰਦਾ, ਉਹਨਾਂ ਦੀ ਬੋਡੀ ਦੇ ਵਿੱਚ ਫਲੂਇਡ ਭਰਨ ਕਰਕੇ ਉਹਨਾਂ ਦੇ ਲੰਗਸ ਐਕਸਪੈਂਡ ਨਹੀਂ ਕਰ ਪਾਉਂਦੇ ਅਤੇ ਜਿਹਦੇ ਕਰਕੇ ਉਹ ਸਾਹ ਨਹੀਂ ਸੀ ਲੈ ਪਾ ਰਹੇ, ਤਾਂ ਮੈਂ ਕੈਪਟਨ ਨੂੰ ਰਿਕੁਐਸਟ ਕੀਤਾ ਸੀ ਕਰੂ ਦੇ ਥਰੂ ਕਿ ਫਲਾਈਟ ਦਾ ਐਲਟੀਟਿਊਡ ਘਟਾ ਦੇਣ ਐਂਡ ਇਫ ਪੋਸੀਬਲ, ਬਿਕੋਜ਼ 2 ਘੰਟੇ ਦੂਰ ਸੀ ਚੰਡੀਗੜ੍ਹ ਜਿਹੜੀ ਡੈਸਟੀਨੇਸ਼ਨ ਪੁਆਇੰਟ ਸੀਗਾ, ਐਂਡ ਮੈਂ ਕੈਪਟਨ ਨੂੰ ਰਿਕੁਐਸਟ ਕੀਤੀ ਥਰੂ ਦਾ ਕਰੂ ਕਿ ਜੋ ਵੀ ਨੀਅਰੈਸਟ ਏਅਰਪੋਰਟ ਅਵੇਲੇਬਲ ਹੈ ਵਿਚ ਵਾਜ਼ ਮੁੰਬਈ ਔਰ ਪੁਣੇ, ਕਿ ਉੱਥੇ ਲੈਂਡ ਕਰਨ। ਅਤੇ ਕੈਪਟਨ ਆਫ ਦਾ ਫਲਾਈਟ ਟੁੱਕ ਡਿਸੀਜ਼ਨ ਆਫਟਰ ਟਾਕਿੰਗ ਟੂ ਦਾ ATC, ਹਾਂਜੀ, ਐਂਡ ਔਨ ਮਾਈ ਫਰਮ ਰਿਕਮੈਂਡੇਸ਼ਨ ਉਹਨਾਂ ਨੇ ਮੁੰਬਈ ਏਅਰਪੋਰਟ 'ਤੇ ਫਿਰ ਇੱਕ ਐਮਰਜੈਂਸੀ ਲੈਂਡਿੰਗ ਕਰਾਈ ਟੂ ਸੇਵ ਦਾ ਪ੍ਰੈਸ਼ੀਅਸ ਲਾਈਫ ਆਫ ਦਾ ਯੰਗ। ਮੇਜਰ ਸਾਹਿਬ, ਕਿਉਂਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੋਈ ਪੇਸ਼ੈਂਟ ਹੁੰਦਾ ਕਿਡਨੀ ਦਾ ਪੇਸ਼ੈਂਟ ਸੀਗਾ ਐਗਜ਼ਾਮਪਲ ਤੁਸੀਂ ਦੱਸਿਆ, ਕਿਸ ਤਰ੍ਹਾਂ ਦੀ ਸਾਵਧਾਨੀਆਂ ਜਿਹੜੀ ਪ੍ਰੀਕਾਸ਼ਨ ਲੈਣੀ ਚਾਹੀਦੀ, ਕਿਉਂਕਿ ਕਈ ਲੋਕਾਂ ਨੂੰ ਪਤਾ ਨਹੀਂ ਹੁੰਦਾ ਉਹ ਫਲਾਈਟ 'ਚ ਸਫ਼ਰ ਕਰਦੇ ਹੈ ਕੋਈ ਪੇਸ਼ੈਂਟ ਹੁੰਦਾ, ਤਾਂ ਕਿਸ ਤਰ੍ਹਾਂ ਦੀ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ? ਐਕਚੁਲੀ ਸਰ, ਮੈਂ ਇਹ ਕਹੂੰਗਾ ਵੀ ਜਨਰਲੀ ਪੇਸ਼ੈਂਟਸ ਨੂੰ ਇਹ ਹੁੰਦਾ ਵੀ ਸਾਡਾ ਟ੍ਰੀਟਮੈਂਟ ਚੱਲ ਰਿਹਾ ਹੈ ਜਾਂ ਅਸੀਂ ਟ੍ਰੀਟਮੈਂਟ ਕਰਵਾ ਲਵਾਂਗੇ, ਵੀ ਕੋਈ ਗੱਲ ਨਹੀਂ, ਇਗਨੋਰ ਕਰ ਦਿੰਦੇ ਨੇ, ਬਟ ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ
ਮਾਈ ਰਿਕਮੈਂਡੇਸ਼ਨ ਇਜ਼ ਵੀ ਜੇ ਤੁਸੀਂ ਕੋਈ ਡਿਜ਼ੀਜ਼ ਤੁਹਾਡੀ ਹੈ ਕਿਸੇ ਦੀ ਅਤੇ ਉਹਨਾਂ ਦਾ ਕੋਈ ਮੈਡੀਸਨ ਚੱਲ ਰਿਹਾ, ਜਾਂ ਤਾਂ ਉਹ ਕਿਸੇ ਨਾਲ ਆਪਣੇ ਸੰਗੀ ਸਾਥੀ ਨਾਲ ਪਰਿਵਾਰਕ ਮੈਂਬਰ ਨਾਲ ਟਰੈਵਲ ਕਰਨ, ਐਂਡ ਸੈਕਿੰਡਲੀ ਏਅਰਲਾਈਨਸ ਨੂੰ ਜ਼ਰੂਰ ਇਨਫੋਰਮ ਕਰਨ ਕਿ ਉਹਨਾਂ ਨੂੰ ਕੀ ਬਿਮਾਰੀ ਹੈ ਅਤੇ ਕੀ ਮੈਡੀਸਨ ਚੱਲ ਰਹੀ ਹੈ, ਐਂਡ ਉਹ ਆਪਣੇ ਡਾਕਟਰ ਜਿਨ੍ਹਾਂ ਤੋਂ ਵੀ ਟ੍ਰੀਟਮੈਂਟ ਕਰਾ ਰਹੇ ਨੇ ਉਹਨਾਂ ਤੋਂ ਜ਼ਰੂਰ ਪੁੱਛਣ ਵੀ ਉਹਨਾਂ ਦੀਆਂ ਟਰੈਵਲ ਰਿਸਟ੍ਰਿਕਸ਼ਨਸ ਕਿਆ ਨੇ, ਸੋ ਦੈਟ ਕਈ ਵਾਰੀ ਕਿਸੇ ਡਿਜ਼ੀਜ਼ ਦੇ ਵਿੱਚ ਜਿਸ ਤਰ੍ਹਾਂ ਸੀ ਸਿਕਨੈਸ ਹੁੰਦੀ ਹੈ ਵੀ ਉਹਨਾਂ ਨੂੰ ਪਾਣੀ ਦੇ ਇਨਵਾਇਰਮੈਂਟ 'ਚ ਟਰੈਵਲ ਨਹੀਂ ਕਰਨਾ ਚਾਹੀਦਾ, ਸ਼ਿਪ 'ਤੇ ਜਾਂ ਏਅਰਲਾਈਨ ਦੇ ਵਿੱਚ, ਜਿਵੇਂ ਕਿ ਇਹ ਇੰਸੀਡੈਂਟ ਜਿਸ ਤਰ੍ਹਾਂ ਇਹ ਇੰਸੀਡੈਂਟ ਹੋਇਆ, ਇਹ ਹਾਈਟਸ ਦੇ ਵਿੱਚ ਬੜਾ ਕਾਮਨ ਹੈ ਸਰ, ਜੈਸੇ ਈਵਨ ਇੱਕ ਹੈਲਦੀ ਪਰਸਨ ਵੀ ਇੰਨੀ ਹਾਈਟ 'ਤੇ ਜਾ ਕੇ ਉਹਨੂੰ ਘਬਰਾਹਟ ਹੋ ਸਕਦੀ ਹੁੰਦੀ ਹੈ ਇੱਕ ਹੈਲਦੀ ਪਰਸਨ ਨੂੰ ਵੀ, ਸੋ ਮਾਈ ਸਟਰੋਂਗ ਰਿਕਮੈਂਡੇਸ਼ਨ ਇਜ਼ ਕਿ ਐਨੀ ਡਿਜ਼ੀਜ਼ਡ ਪਰਸਨ ਆਫ ਐਨੀ ਸੱਚ ਡਿਜ਼ੀਜ਼ ਲਾਈਕ ਰੈਸਪੀਰੇਟਰੀ ਕਾਰਡਿਕ ਡਿਜ਼ੀਜ਼, ਜਿਨ੍ਹਾਂ ਨੂੰ ਹਾਈਪਰ ਟੈਂਸ਼ਨ ਜਾਂ ਹਾਰਟ ਦੀ ਪ੍ਰੋਬਲਮ ਵੀ ਕਹਿੰਦੇ ਨੇ, ਲੰਗਸ ਦੀ ਪ੍ਰੋਬਲਮ ਹੋਗੀ, ਕਿਡਨੀਜ਼ ਦੀ ਹੋਗੀ, ਆਲ ਸੱਚ ਪੇਸ਼ੈਂਟਸ ਸ਼ੁੱਡ ਟੇਕ ਕੇਅਰ ਆਫ ਦੈਮ ਐਂਡ ਸ਼ੁੱਡ ਬੀ ਅਵੇਅਰ ਕਿ ਉਹ ਫਲਾਈਟ ਰਿਸਟ੍ਰਿਕਸ਼ਨਸ ਟਰੈਵਲ ਰਿਸਟ੍ਰਿਕਸ਼ਨਸ ਨੂੰ ਜ਼ਰੂਰ ਫੋਲੋ ਕਰਨ ਆਪਣੇ ਡਾਕਟਰ ਨੂੰ ਕੰਸਲਟ ਕਰਕੇ। ਸਰ, ਕਿਉਂਕਿ ਬਹੁਤ ਸਾਰੀ ਚੀਜ਼ਾਂ ਪਹਿਲਾਂ ਵੀ ਦੇਖਿਆ ਗਿਆ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਕੇਸਿਸ ਆਏ ਆ, ਤਾਂ ਕਰਿਊ ਮੈਂਬਰਸ ਦੇ ਨਾਲ ਨਾਲ ਤੁਹਾਡੀ ਹੈਲਪ ਨਾਲ, ਹਾਲਾਂਕਿ ਇੱਕ ਲਾਈਫ ਸੇਵ ਹੋ ਗਈ ਹੈ, ਹੁਣ ਉਹਦੀ ਹਾਲਤ ਕਿਸ ਤਰ੍ਹਾਂ ਦੀ ਹੈ, ਤੁਸੀਂ ਲਗਾਤਾਰ ਉਹਨਾਂ ਦੇ ਸੰਪਰਕ ਦੇ ਵਿੱਚ ਹੋ? ਹਾਂਜੀ ਸਰ, ਬਿਲਕੁਲ, ਮੈਂ ਜਿਹੜਾ ਕਿ ਕੂਪਰ ਹੋਸਪਿਟਲ ਮੁੰਬਈ ਹੈ, ਇਟਸ ਅ ਗਵਰਨਮੈਂਟ ਹੋਸਪਿਟਲ, ਮੈਂ ਉੱਥੇ ਡਾਕਟਰ ਸਾਹਿਬ ਨਾਲ ਗੱਲ ਕਰੀ ਸੀ, ਈਵਨ ਜਿਹੜੇ ਏਅਰਪੋਰਟ 'ਤੇ ਡਾਕਟਰ ਸਾਹਿਬ ਨੇ ਰਿਸੀਵ ਕੀਤਾ ਸੀ ਪੇਸ਼ੈਂਟ ਨੂੰ ਮੇਰੇ ਤੋਂ, ਮੈਂ ਉਹਨਾਂ ਨਾਲ ਕੰਟੈਕਟ ਸੀ, ਮੈਂ ਉਹਨਾਂ ਨੂੰ ਪੁੱਛਿਆ ਸੀਗਾ ਪੇਸ਼ੈਂਟ ਦੀ ਹਾਲਤ ਬਾਰੇ, ਉਹਨਾਂ ਨੇ ਕਨਫਰਮ ਕੀਤਾ ਕਿ ਉਸਦੀ ਲੈਂਡਿੰਗ ਤੋਂ ਬਾਅਦ ਹੀ ਪੇਸ਼ੈਂਟ ਦੀ ਐਡਮਿਸ਼ਨ ਹੋ ਗਈ ਸੀ ਆਈ ਸੀ ਯੂ 'ਚ ਮੁੰਬਈ ਦੇ ਕੂਪਰ ਹੋਸਪਿਟਲ 'ਚ, ਐਂਡ ਉੱਥੇ ਐਮਰਜੈਂਸੀ ਡਾਇਲਿਸਿਸ ਹੋਇਆ ਉਹਦਾ ਉਸੇ ਰਾਤ, ਆਫਟਰ ਦੈਟ ਹੀ ਵਾਜ਼ ਔਨ ਕੰਟੀਨਿਊਸ ਆਕਸੀਜਨ ਸਪੋਰਟ, ਐਂਡ ਗ੍ਰੈਜੂਅਲੀ ਫਿਰ ਉਹਨਾਂ ਦਾ ਡਾਇਲਿਸਿਸ ਤੋਂ ਬਾਅਦ ਕੰਡੀਸ਼ਨ ਇੰਪਰੂਵ ਹੋ ਗਈ ਸੀ, ਕੱਲ੍ਹ ਵੀ ਪੇਸ਼ੈਂਟ ਲਗਾਤਾਰ ਆਕਸੀਜਨ ਸਪੋਰਟ 'ਤੇ ਸੀ, ਐਂਡ ਹੀ ਹੈਜ਼ ਇੰਪਰੂਵਡ ਅ ਲੋਟ, ਐਂਡ ਹੁਣ ਉਹ ਬਿਹਤਰ ਨੇ। ਮੇਜਰ ਸਾਹਿਬ, ਕਿਉਂਕਿ ਤੁਸੀਂ ਕਮਾਂਡ ਹੋਸਪਿਟਲ ਦੇ ਮੈਡੀਕਲ ਆਫਿਸਰ ਹੋ, ਸੀਨੀਅਰ ਆਫਿਸਰ ਹੋ, ਤੁਹਾਡੇ ਵਰਗੇ ਲਗਾਤਾਰ ਤੁਹਾਨੂੰ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਅਤੇ ਲੋਕਾਂ ਨੂੰ ਵੀ ਤੁਸੀਂ ਲਗਾਤਾਰ ਅਵੇਅਰ ਕਰਦੇ ਹੋ ਕਿ ਕਿਸ ਤਰ੍ਹਾਂ ਦੀ ਚੀਜ਼ਾਂ ਜਿਹੜੀ ਹੈਗੀ ਸਫ਼ਰ ਦੌਰਾਨ, ਜਿਹੜੇ ਇਸ ਤਰ੍ਹਾਂ ਦੇ ਪੇਸ਼ੈਂਟਸ ਨੇ ਉਹਨੂੰ ਕਿਸ ਤਰ੍ਹਾਂ ਦਾ ਚੀਜ਼ਾਂ ਦਾ ਧਿਆਨ ਰੱਖਣਾ ਹੈ, ਜਿੱਦਾਂ ਤੁਸੀਂ ਕਿਹਾ ਕਿ ਉਹਨਾਂ ਦੇ ਰਿਲੇਟਿਵ ਜਾਂ ਕੋਈ ਵੀ ਨਾਲ ਹੋਣਾ ਜ਼ਰੂਰੀ ਹੈ। ਜੀ ਹਾਂਜੀ, ਐਬਸੋਲੂਟਲੀ, ਅਸੀਂ ਈਵਨ ਸਾਡੇ ਇੱਥੇ ਡੇ ਟੂ ਡੇ ਪ੍ਰੈਕਟਿਸ ਦੇ ਵਿੱਚ ਵੀ ਸਾਡੇ ਪੇਸ਼ੈਂਟਸ ਨੇ, ਸਾਡੇ ਹੋਸਪਿਟਲ ਦੇ ਪੇਸ਼ੈਂਟਸ ਨੇ, ਜਾਂ ਜਨਰਲ ਅਵੇਅਰਨੈਸ ਹੁੰਦੀ ਹੈ ਕਿਤੇ ਆਪਣੇ ਕੋਈ ਫਰੈਂਡ ਸਰਕਲ ਦੇ ਵਿੱਚ ਹੋਵੇ, ਅਸੀਂ ਜਨਰਲੀ ਇਹੀ ਉਹਨਾਂ ਨੂੰ ਹਮੇਸ਼ਾ ਗਾਈਡ ਕਰਦੇ ਹਾਂ ਵੀ ਤੁਸੀਂ ਆਪਣੀ ਮੈਡੀਸਨ ਨੂੰ ਲੈ ਕੇ ਕਦੇ ਵੀ ਤੁਸੀਂ ਇਗਨੋਰ ਨਹੀਂ ਕਰਨਾ ਅਤੇ ਉਸ ਨੂੰ ਲਾਈਟਲੀ ਨਹੀਂ ਲੈਣਾ, ਮੈਡੀਸਨ ਹਮੇਸ਼ਾ ਰੈਗੂਲਰਲੀ ਲਓ, ਐਂਡ ਜ਼ਰੂਰ ਇਨਫੋਰਮ ਕਰਕੇ ਰੱਖੋ ਕਿਸੇ ਨਾ ਕਿਸੇ ਨੂੰ, ਬਿਕੋਜ਼ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸਿਚੁਏਸ਼ਨ ਕਦੇ ਵੀ ਬਣ ਸਕਦੀ ਹੈ। ਬਾਕੀ ਦੇਖੋ ਜੀ, ਬਚਾਉਣ ਵਾਲਾ ਪਰਮਾਤਮਾ ਹੈ ਅਲਟੀਮੇਟਲੀ, ਪਰ ਆਪਣਾ ਐਫਰਟ ਕਰਨਾ ਅਤੇ ਆਪਣੇ ਵੱਲੋਂ ਆਪਣੀ ਡਿਊਟੀ ਨਿਭਾਉਣਾ ਸਾਡਾ ਵੀ ਫਰਜ਼ ਹੈ, ਪੇਸ਼ੈਂਟ ਦਾ ਵੀ ਫਰਜ਼ ਹੈ ਕਿ ਉਹ ਆਪਣੇ ਸੰਗੀ ਸਾਥੀਆਂ ਨੂੰ ਦੱਸਣ। ਮੇਜਰ ਸਾਹਿਬ, ਇਹ ਵੀ ਟਾਈਮ ਲਿਮਿਟ ਹੁੰਦਾ, ਟਾਈਮ ਹੁੰਦਾ ਜਿੱਦਾਂ ਤੁਸੀਂ ਉਹਦਾ ਸੇਵ ਕੀਤੀ ਲਾਈਫ, ਤੁਸੀਂ ਉੱਥੇ ਪੂਰਾ ਐਮਰਜੈਂਸੀ ਉਹਦੀ ਜਿਹੜੀ ਹੈਗੀ ਉਹ ਕੀਤੀ? ਹਾਂਜੀ ਸਰ, ਐਬਸੋਲੂਟਲੀ, ਦੇਖੋ ਟਾਈਮ ਵਾਜ਼ ਵੈਰੀ ਕਰੂਸ਼ੀਅਲ, ਬਿਕੋਜ਼ ਐਜ਼ ਮੈਂ ਤੁਹਾਨੂੰ ਦੱਸਿਆ ਵੀ ਉਹ ਰੈਸਪੀਰੇਟਰੀ ਡਿਸਟ੍ਰੈਸ 'ਚ ਸੀਗੇ, ਬਿਕੋਜ਼ ਉਹਨਾਂ ਨੂੰ ਫਲੂਇਡ ਓਵਰਲੋਡ ਸੀਗਾ, ਉਹਨਾਂ ਦੇ ਲੰਗਸ ਕਾਫੀ ਪਾਣੀ ਨਾਲ ਭਰੇ ਹੋਏ ਸੀਗੇ, ਐਂਡ ਜਿਸ ਕਰਕੇ ਉਸ ਹਾਈ ਐਲਟੀਟਿਊਡ ਇਨਵਾਇਰਮੈਂਟ ਦੇ ਵਿੱਚ ਉਹਨਾਂ ਨੂੰ ਸਾਹ ਦੀ ਪ੍ਰੋਬਲਮ ਹੋ ਰਹੀ ਸੀ, ਅਤੇ ਜੇ ਉਸੇ ਐਲਟੀਟਿਊਡ 'ਤੇ ਉਹ ਕੁਛ ਟਾਈਮ ਹੋਰ ਫਲਾਈ ਕਰਦੇ ਰਹਿੰਦੇ ਤਾਂ ਉਹਨਾਂ ਦੀ ਹਾਲਤ ਹੋਰ ਜ਼ਿਆਦਾ ਗੰਭੀਰ ਹੋ ਸਕਦੀ ਸੀ, ਬਿਕੋਜ਼ ਉਹ ਸਾਹ ਨਹੀਂ ਸੀ ਲੈ ਪਾ ਰਹੇ, ਉਹਨਾਂ ਦੀ ਬਾਡੀ 'ਚ ਆਕਸੀਜਨ ਦੀ ਮਾਤਰਾ ਰਿਡਿਊਸ ਹੋ ਰਹੀ ਸੀ, ਆਕਸੀਜਨ ਦੀ ਜਗ੍ਹਾ ਕਾਰਬਨ ਡਾਈਆਕਸਾਈਡ ਰਿਟੇਨ ਹੋ ਰਹੀ ਸੀ, ਜਿਸ ਕਰਕੇ ਉਹਨਾਂ ਨੂੰ ਸਿਮਟਮਸ ਵੀ ਆਉਣ ਲੱਗ ਗਏ ਸੀ, ਪੇਸ਼ੈਂਟ ਡਰਾਊਜ਼ੀ ਹੋ ਰਿਹਾ ਸੀ, ਮਤਲਬ ਕਿ ਪੇਸ਼ੈਂਟ ਸੁਸਤਾ ਰਿਹਾ ਸੀ, ਉਹਨਾਂ ਨੂੰ ਆਪਣੀ ਕੌਨਸ਼ੀਅਸਨੈਸ ਨਹੀਂ ਸੀ, ਐਂਡ ਜੇ ਉਸ ਤਰ੍ਹਾਂ ਉਸ ਕੰਡੀਸ਼ਨ 'ਚੋਂ ਬੇਹੋਸ਼ ਹੋ ਜਾਂਦੇ ਹੋਰ ਜ਼ਿਆਦਾ
ਤਾਂ ਉਹਨਾਂ ਨੂੰ ਫਿਰ ਜਾਨ ਵੀ ਜਾ ਸਕਦੀ ਸੀ। ਪੇਸ਼ੈਂਟ ਨੇ ਇੱਕਦਮ ਕੋਲੈਪਸ ਕਰ ਜਾਣਾ ਸੀਗਾ ਸਰ, ਐਂਡ ਫਿਰ ਨੀਅਰੈਸਟ ਆਪਾਂ ਚਾਹੇ ਜਿੰਨਾ ਵੀ ਏਅਰਪੋਰਟ ਹੁੰਦਾ ਆਪਾਂ ਮਤਲਬ ਇਟ ਵਾਜ਼ ਵੈਰੀ ਡਿਫੀਕਲਟ ਟੂ ਸੇਵ ਦ ਲਾਈਫ। ਕਿਸ ਤਰ੍ਹਾਂ ਕੋਆਰਡੀਨੇਸ਼ਨ ਤੁਹਾਡੀ ਰਹੀ ਹੈ ਕਰੂ ਮੈਂਬਰਸ ਜਾਂ ਹੋਰ ਵੀ ਜਿਹੜੇ ਅੰਦਰ ਦੇ ਮੈਂਬਰ ਹੁੰਦੇ ਉਹਨਾਂ ਦੇ ਨਾਲ ਤੁਹਾਡੀ? ਸਰ, ਦਾ ਇੰਡੀਗੋ ਏਅਰਲਾਈਨ ਸਟਾਫ ਵਾਜ਼ ਆਲਸੋ ਵੈਰੀ ਕੋਆਪਰੇਟਿਵ। ਆਈ ਮਸਟ ਸੇ ਕਿ ਉਹਨਾਂ ਦਾ ਐਫਰਟ ਬਹੁਤ ਅੱਛਾ ਸੀਗਾ, ਬਿਕੋਜ਼ ਕਰੂ ਨੇ ਜੋ ਜੋ ਚੀਜ਼ਾਂ ਮੈਂ ਉਹਨਾਂ ਤੋਂ ਮੰਗੀਆਂ, ਦੇ ਵਰ ਵੈਲ ਅਵੇਅਰ ਆਫ, ਉਹਨਾਂ ਦੀ ਵੀ ਟ੍ਰੇਨਿੰਗ ਹੁੰਦੀ ਹੈ, ਉਹਨਾਂ ਨੇ ਦੱਸਿਆ, ਅਤੇ ਜਿਸ ਤਰ੍ਹਾਂ ਕਰੂ ਨੇ ਮੇਰੇ ਮੈਸੇਜਸ ਟਾਈਮ ਟੂ ਟਾਈਮ ਕੈਪਟਨ ਨੂੰ ਪਾਸ ਕੀਤੇ, ਐਂਡ ਕੈਪਟਨ ਆਫ ਦਾ ਫਲਾਈਟ ਆਲਸੋ ਕੋਆਰਡੀਨੇਟਡ ਵਿਦ ਦਾ ATC ਐਟ ਮੁੰਬਈ, ਉਹਨਾਂ ਨੇ ਬੜਾ ਮੇਰੇ ਰਿਕਮੈਂਡੇਸ਼ਨ 'ਤੇ ਉਹਨਾਂ ਨੇ ਬੜਾ ਅੱਛਾ ਟਾਈਮਲੀ ਡਿਸੀਜਨ ਲਿਆ ਲੈਂਡ ਕਰਨ ਦਾ। ਐਂਡ ਮੋਰ ਓਵਰ ਜਦੋਂ ਮੈਂ ਮੈਨੇਜ ਕਰ ਰਿਹਾ ਸੀ ਪੇਸ਼ੈਂਟ ਨੂੰ, ਉੱਥੇ ਇੱਕ ਹੋਰ ਡਾਕਟਰ ਸਾਹਿਬ ਸੀਗੇ ਜਿਨ੍ਹਾਂ ਨੇ ਆ ਕੇ, ਉਹ ਲੰਡਨ ਦੇ ਸੀਗੇ, ਕੇਰਲਾ ਦੇ ਸੀ ਰਹਿਣ ਵਾਲੇ ਬਟ ਲੰਡਨ 'ਚ ਪ੍ਰੈਕਟਿਸ ਕਰਦੇ ਸੀ, ਉਹਨਾਂ ਨੇ ਵੀ ਮੇਰੀ ਹੈਲਪ ਕੀਤੀ। ਉਹਨਾਂ ਨੇ ਕਿਹਾ ਵੀ ਹਾਂਜੀ ਮੇਜਰ ਸਾਹਿਬ ਬਿਲਕੁਲ ਸਹੀ ਕਹਿ ਰਹੇ ਨੇ, ਇਹਨਾਂ ਨੂੰ ਲੈਂਡ ਕਰ ਦੇਣਾ ਚਾਹੀਦਾ, ਅਤੇ ਫਿਰ ਸਾਡੇ ਰਿਕਮੈਂਡੇਸ਼ਨ 'ਤੇ ਉਹਨਾਂ ਨੇ ਫਲਾਈਟ ਨੂੰ ਲੈਂਡ ਕੀਤਾ। ਅਤੇ ਸਰ, ਤੁਸੀਂ ਵੀ ਗੋਆ ਤੋਂ ਚੰਡੀਗੜ੍ਹ ਹੀ ਪਹੁੰਚ ਰਹੇ ਤੁਹਾਡੀ? ਸਰ, ਮੈਂ ਐਕਚੁਅਲੀ ਪੂਨੇ ਤੋਂ ਟਰੈਵਲ ਕਰ ਰਿਹਾ ਸੀ, ਪੂਨੇ ਤੋਂ ਚੰਡੀਗੜ੍ਹ ਦੀ ਮੇਰੀ ਫਲਾਈਟ ਸੀ ਜੋ ਕਿ ਵਾਇਆ ਗੋਆ ਸੀ, ਐਂਡ ਗੋਆ ਦੇ ਵਿੱਚ ਮੇਰਾ 1 ਆਵਰ ਦਾ ਲੇਓਵਰ ਸੀਗਾ। 1 ਆਵਰ ਲੇਓਵਰ ਤੋਂ ਬਾਅਦ ਆਈ ਬੋਰਡਡ ਦਾ ਫਲਾਈਟ ਐਟ 5:45 PM ਇਨ ਦਾ ਈਵਨਿੰਗ ਯੈਸਟਰਡੇ, ਔਨ ਸੰਡੇ ਈਵਨਿੰਗ ਸੋਰੀ ਜੀ, ਐਂਡ 6 ਵਜੇ ਦੇ ਅਰਾਊਂਡ ਇਹ ਵਾਕਿਆ ਸਟਾਰਟ ਹੋ ਗਿਆ ਸੀ। ਫਿਰ 1 ਘੰਟੇ ਲਈ ਇਹ ਸਾਰਾ ਮੈਨੇਜਮੈਂਟ ਚੱਲਦਾ ਰਿਹਾ, ਮੈਂ ਪੇਸ਼ੈਂਟ ਨੂੰ ਸੰਭਾਲਿਆ, ਅਤੇ 7 ਵਜੇ ਅਸੀਂ ਪ੍ਰਿਸਾਈਜ਼ਲੀ ਵੀ ਲੈਂਡਡ ਐਟ ਮੁੰਬਈ ਏਅਰਪੋਰਟ। ਤੁਸੀਂ ਸਾਰਾ ਉਹਨਾਂ ਨੂੰ ਮੈਡੀਕਲ ਉਹ ਦੇ ਕੇ ਐਂਬੂਲੈਂਸ ਵਗੈਰਾ? ਸਰ, ਜਿਹੜੀ ਟੀਮ ਸਰ ਉੱਥੇ ਆਈ ਸੀ ਦੇ ਵਰ ਵੈਰੀ ਵੈਲ ਪ੍ਰਪੇਅਰਡ। ਮੈਂ ਉਹਨਾਂ ਨੂੰ ਐਡਵਾਂਸਡ ਮੈਸੇਜ ਦਿੱਤਾ ਸੀਗਾ, ਆਈ ਹੈਡ ਰਿਕੁਐਸਟਡ ਕਿ ਸਰ ਉਹ ਮੈਡੀਕਲ ਟੀਮ ਨੂੰ ਸਟੈਂਡ ਬਾਏ ਰੱਖਣ, ਐਂਬੂਲੈਂਸ ਕ੍ਰਿਟੀਕਲ ਕੇਅਰ ਐਂਬੂਲੈਂਸ ਲੈ ਕੇ ਆਉਣ, ਐਂਡ ਜੋ ਵੀ ਨੀਅਰੈਸਟ ਹੋਸਪਿਟਲ ਉਹਨਾਂ ਨੂੰ ਇਨਫੋਰਮ ਕਰਨ, ਐਂਡ ਇਨ ਐਡਵਾਂਸ ਸਰ ਐਂਟੀਸਪੇਟ ਕਰਦੇ ਹੋਏ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਟ੍ਰੈਫਿਕ ਪੁਲਿਸ ਆਲਸੋ ਅਗਰ ਉਹਨਾਂ ਦੀ ਹੈਲਪ ਕਰੇ ਤੇ ਪੇਸ਼ੈਂਟ ਨੂੰ ਟਾਈਮਲੀ ਪਹੁੰਚਾ ਦੇਵੇ, ਬਿਕੋਜ਼ ਮੁੰਬਈ ਇਜ਼ ਅ ਬਿਜ਼ੀ ਸਿਟੀ ਤੇ ਟ੍ਰੈਫਿਕ ਕੰਜੈਸ਼ਨ ਹੁੰਦੀ ਹੈ। ਸੋ ਉਹਨਾਂ ਨੇ ਉਸ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ ਸਭ ਕੁਝ ਰੈਡੀ ਰੱਖਿਆ ਹੋਇਆ ਸੀਗਾ, ਤੇ ਮੈਡੀਕਲ ਟੀਮ ਨੇ ਉਹਨਾਂ ਨੇ ਪੇਸ਼ੈਂਟ ਨੇ ਰਿਸੀਵ ਕੀਤਾ, ਐਂਡ ਦੇ ਟੁੱਕ ਹਿਮ ਟੂ ਦਾ ਨੀਅਰੈਸਟ ਕੂਪਰ ਹੋਸਪਿਟਲ ਔਨ ਟਾਈਮ। ਬਹੁਤ ਜ਼ਰੂਰੀ ਹੁੰਦਾ, ਜਿੱਦਾਂ ਮੇਜਰ ਸਾਹਿਬ ਨੇ ਪੂਰੀ ਚੀਜ਼ਾਂ ਜਿਹੜੀ ਹੈਗੀ ਉਹ ਬਰੀਫ ਕੀਤੀ ਹੈ, ਲੇਕਿਨ ਇਹਦੇ ਵਿੱਚ ਬਹੁਤ ਸਮਝਣ ਵਾਲੀ ਵੀ ਗੱਲ ਹੈ, ਲੋਕਾਂ ਦੇ ਵਾਸਤੇ ਵੀ ਅਵੇਅਰਨੈਸ ਹੈ ਕਿ ਕਿਸ ਤਰ੍ਹਾਂ ਜੇਕਰ ਕੋਈ ਪੇਸ਼ੈਂਟ ਹੈ ਜਾਂ ਉਹਨਾਂ ਦਾ ਕੋਈ ਪਰਿਵਾਰਿਕ ਮੈਂਬਰ ਸਫ਼ਰ ਕਰ ਰਿਹਾ ਪਲੇਨ ਦੇ ਵਿੱਚ, ਖਾਸ ਕਰਕੇ ਉਹਨਾਂ ਦੀ, ਕਿਉਂਕਿ ਹਾਈਟ ਜਿੱਦਾਂ ਜਿੱਦਾਂ ਵੱਧਦੀ ਜਾਂਦੀ ਹੈ ਉਹ ਜਿਹੜੇ ਪੇਸ਼ੈਂਟ ਹੁੰਦੇ ਆ ਉਹਨਾਂ ਨੂੰ ਕਾਫ਼ੀ ਪ੍ਰੋਬਲਮ, ਹਰ ਕਿਸੇ ਨੂੰ ਕਿਸ ਤਰ੍ਹਾਂ ਦੀ ਪ੍ਰੋਬਲਮ ਹੈ, ਜ਼ਰੂਰ ਕਰਿਊ ਮੈਂਬਰਸ ਜਾਂ ਫਿਰ ਜਿਹੜੇ ਮੈਨੇਜਮੈਂਟ ਹੈ ਉਹਨਾਂ ਨੂੰ ਜ਼ਰੂਰ ਦੱਸਿਆ ਜਾਵੇ ਕਿ ਇਸ ਤਰ੍ਹਾਂ ਦੀ ਪ੍ਰੋਬਲਮ ਹੈ, ਇਸ ਤਰ੍ਹਾਂ ਦੀ ਮੈਡੀਕਲ ਚੱਲ ਰਹੀ ਹੈ, ਜਾਂ ਜਿਸ ਕਰਕੇ ਧਿਆਨ ਰੱਖਿਆ ਜਾਵੇ। ਹਾਲਾਂਕਿ ਇਹ ਬਹੁਤ ਜਿਹੜਾ ਟਾਈਮਲੀ ਅਸੀਂ ਕਹਿ ਸਕਦੇ ਹਾਂ ਕਿ ਲਾਈਫ ਜਿਹੜੀ ਹੈ ਉਹ ਨੌਜਵਾਨ ਦੀ ਸੇਵ ਹੋਈ ਹੈ, ਅਤੇ 22-23 ਸਾਲ ਦਾ ਉਹ ਨੌਜਵਾਨ ਸੀਗਾ ਜਿਹਦੀ ਇੱਕ ਲਾਈਫ ਸੇਵ ਕੀਤੀ ਗਈ ਹੈ। ਲਾਲ ਦੇ ਨਾਲ ਕਰਿਊ ਮੈਂਬਰਸ, ਕੈਪਟਨਸ ਨੇ ਵੀ ਬੜਾ ਸਾਥ ਦਿੱਤਾ, ਡਾਕਟਰ ਸਾਹਿਬ ਨੇ ਬਹੁਤ ਤਰੀਕੇ ਨਾਲ ਉਹਨਾਂ ਨੂੰ ਸਮਝਾਇਆ, ਮੈਨੇਜਮੈਂਟ ਨਾਲ ਪੂਰਾ ਕੋਆਪਰੇਟ ਕਰਨ ਤੋਂ ਬਾਅਦ ਇੱਕ ਲਾਈਫ ਜਿਹੜੀ ਉਹ ਸੇਵ ਕੀਤੀ। ਮਕਸਦ ਇਹੀ ਹੈ ਕਿ ਪੂਰਾ ਟਾਈਮਲੀ ਜਿਹੜਾ ਲਿੱਤਾ ਗਿਆ ਇੱਕ ਕਹਿ ਸਕਦੇ ਫੈਸਲਾ ਇੱਕ ਬਹੁਤ ਵਧੀਆ ਜਿਹੜਾ ਸਾਬਿਤ ਹੋਇਆ, ਲੇਕਿਨ ਲੋਕਾਂ ਨੂੰ ਅਵੇਅਰਨੈਸ ਬਹੁਤ ਹੋਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੀ ਚੀਜ਼ਾਂ ਜੇ ਕੋਈ ਸਫ਼ਰ ਕਰ ਰਿਹਾ ਤਾਂ ਕਿਸ ਤਰ੍ਹਾਂ ਦੀ ਕੋਈ ਕਿਸੇ ਵੀ ਸਟਾਫ ਮੈਂਬਰ ਨਾਲ ਨਾ ਲੁਕੋਇਆ ਜਾਵੇ, ਔਰ ਉਹਨੂੰ ਟਾਈਮਲੀ ਜਿਹੜਾ ਹੈਗਾ ਦੱਸਿਆ ਜਾਵੇ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ। ਮੋਹਾਲੀ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18, ਪੰਜਾਬ।